ਬੱਚਿਆਂ ਦੀ ਸਿਹਤ ਨਾਲ ਹੋ ਰਿਹਾ ਹੈ ਖਿਲਵਾੜ। ਜੇਕਰ ਤੁਸੀਂ ਵੀ ਵਰਤਦੇ ਹੋ ਐਲੂਮੀਨੀਅਮ ਪੇਪਰ ਤਾਂ ਹੋ ਜਾਵੋ ਸਾਵਧਾਨ, ਜਾਣੋ ਐਲੂਮੀਨੀਅਮ ਪੇਪਰ ਦੇ ਨੁਕਸਾਨ। ਅੱਜ ਕੱਲ੍ਹ ਦੇ ਟਾਈਮ ਵਿੱਚ ਹਰ ਵਿਅਕਤੀ ਆਪਣੀ ਲਾਈਫ ਨੂੰ ਸਮੇਂ ਅਨੁਸਾਰ ਬਦਲੀ ਜਾਂਦਾ ਹੈ। ਚਲੋ ਇਹ ਕਰਨਾ ਸਹੀ ਵੀ ਹੈ, ਪਰ ਜੇ ਜ਼ਿੰਦਗੀ ਵਿੱਚ ਬਦਲਾਅ ਦਾ ਆਇਆ ਕਰਨਾ ਹੀ ਹੈ ਤਾਂ ਉਹਨਾਂ ਚੀਜ਼ਾਂ ਦਾ ਕੀਤਾ ਜਾਵੇ ਜੋ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਣ, ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ। ਜਿਵੇਂ ਅੱਜ ਕੱਲ੍ਹ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਟਿਫਨ ਵਿੱਚ ਰੋਟੀ ਐਲੂਮੀਨੀਅਮ ਦੇ ਪੇਪਰ ਵਿੱਚ ਪਾ ਕੇ ਦਿੰਦੀਆਂ ਨੇ, ਪਰ ਜੇ ਅਸੀਂ ਪਿਛਲੇ ਸਮੇਂ ਵੱਲ ਝਾਤੀ ਮਾਰੀਏ ਤਾਂ ਉਦੋਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਕੱਪੜੇ ਦੇ ਬਣੇ ਹੋਏ ਪੌਣੇ ਵਿੱਚ ਰੋਟੀ ਲਪੇਟ ਕੇ ਦਿੰਦੀਆਂ ਸਨ, ਪਰ ਐਲੂਮੀਨੀਅਮ ਪੇਪਰ ਨੇ ਕੱਪੜੇ ਵਾਲੇ ਪੌਣਿਆਂ ਦੀ ਥਾਂ ਖੋਹ ਲਈ ਹੈ। ਅੱਜ ਕੱਲ੍ਹ ਦੀਆਂ ਔਰਤਾਂ ਕੱਪੜੇ ਦੇ ਬਣੇ ਹੋਏ ਪੌਣੇ ਵਿੱਚ ਰੋਟੀ ਪੈਕ ਕਰਨਾ ਆਪਣੇ ਆਪ ਵਿੱਚ ਬੇਇੱਜ਼ਤੀ ਮਹਿਸੂਸ ਕਰਦੀਆਂ ਨੇ ਤੇ ਆਪਣਾ ਸਟੇਟਸ ਉੱਚਾ ਦਿਖਾਉਣ ਲਈ ਐਲੂਮੀਨੀਅਮ ਪੇਪਰ ਵਿੱਚ ਖਾਣਾ ਪੈਕ ਕਰਦੀਆਂ ਨੇ। ਇਹ ਪਤਾ ਹੋਣ ਦੇ ਬਾਵਜੂਦ ਕਿ ਐਲੂਮੀਨੀਅਮ ਪੇਪਰ ਦੀ ਵਰਤੋਂ ਕਰਨਾ ਉਹਨਾਂ ਦੇ ਬੱਚਿਆਂ ਦੀ ਸਿਹਤ ਲਈ ਕਿੰਨਾ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ। ਸਿਹਤ ਮਾਹਰ ਦੱਸਦੇ ਨੇ ਕਿ ਐਲੂਮੀਨੀਅਮ ਪੇਪਰ ਵਿੱਚ ਮਿਲਿਆ ਕੈਮੀਕਲ ਜਦੋਂ ਇਸ ਵਿੱਚ ਖਾਣਾ ਪੈਕ ਕੀਤਾ ਜਾਂਦਾ ਹੈ ਤਾਂ ਉਸ ਭੋਜਨ ਵਿੱਚ ਮਿਲ ਜਾਂਦਾ ਹੈ, ਜੋ ਕਿ ਸਾਡੀ ਸਿਹਤ ਲਈ ਬਿਲਕੁਲ ਹੀ ਸਹੀ ਨਹੀਂ ਹੈ। ਇਹ ਦਿਮਾਗ ਤੋਂ ਲੈ ਕੇ ਹੱਡੀਆਂ ਤੱਕ ਲਈ ਖਤਰਨਾਕ ਦੱਸਿਆ ਗਿਆ ਹੈ। ਇਸ ਵਿੱਚ ਮਿਲੇ ਕੈਮੀਕਲ ਸਾਡੇ ਸਰੀਰ ਵਿੱਚ ਵੱਡੇ ਵਿਕਾਰ ਪੈਦਾ ਕਰਦੇ ਨੇ। ਜਦੋਂ ਅਸੀਂ ਆਪਣਾ ਖਾਣਾ ਇਸ ਵਿੱਚ ਲਪੇਟਦੇ ਹਾਂ ਤਾਂ ਇਸ ਵਿੱਚ ਮਿਲੇ ਕੈਮੀਕਲ ਖਾਣੇ ਵਿੱਚ ਘੁਲ ਜਾਂਦੇ ਨੇ। ਜੇਕਰ ਸਾਡੇ ਸਰੀਰ ਵਿੱਚ ਵੱਧ ਐਲੂਮੀਨੀਅਮ ਜਾਂਦਾ ਹੈ ਤਾਂ ਦਿਮਾਗ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ ਅਤੇ ਹੱਡੀਆਂ ਦੀ ਗਰੋਥ ਵੀ ਘੱਟ ਹੁੰਦੀ ਹੈ ਤੇ ਹੱਡੀਆਂ ਦੀ ਵੀ ਕਈ ਬਿਮਾਰੀਆਂ ਲੱਗਦੀਆਂ ਨੇ। ਕਿਡਨੀ ਦੇ ਫੇਲ ਹੋਣ ਦਾ ਖਤਰਾ, ਜੀ ਹਾਂ, ਖੋਜ ਤੋਂ ਪਤਾ ਲੱਗਿਆ ਕਿ ਐਲੂਮੀਨੀਅਮ ਦੀ ਓਵਰਡੋਜ਼ ਨਾਲ ਆਈਸਟੋਪਰੋਸਿਸ ਤੇ ਕਿਡਨੀ ਦੇ ਫੇਲ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਐਲੂਮੀਨੀਅਮ ਪੇਪਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਖਾਣਾ ਪੈਕ ਕਰਦੇ ਸਮੇਂ ਕੱਪੜੇ ਦੇ ਬਣੇ ਹੋਏ ਪੌਣੇ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਐਲੂਮੀਨੀਅਮ ਦੇ ਪੇਪਰ ਤੋਂ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਖੁਦ ਨੂੰ ਅਤੇ ਬੱਚਿਆਂ ਨੂੰ ਬਚਾਇਆ ਜਾ ਸਕੇ। ਸਿਹਤ ਸੰਬੰਧੀ ਹੋਰ ਵੀ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਚੜ੍ਹਦੀ ਕਲਾ ਟਾਈਮ ਟੀਵੀ।